ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਮੈਂ ਦੱਸਿਆ ਸੀ, ਇੱਕ ਵਾਰੀ ਫੇਰ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਦਾ ਮਾਮਲਾ ਖਬਰਾਂ ਦੇ ਵਿੱਚ ਆਇਆ ਹੈਗਾ। ਅੱਜ ਦੀਆਂ ਜੇ ਮੇਨ ਨਿਊਜ਼ ਤੁਸੀਂ ਓਪਨ ਕਰਕੇ ਦੇਖ ਲਓ, ਚਾਹੇ ਉਹ ਬਲੂਮਬਰਗ ਦੀ ਆ, ਯਾਹੂ ਦੀ ਆ, ਹੋਰ ਬਹੁਤ ਸਾਰੇ ਨਿਊਜ਼ ਪੇਪਰ ਆ, ਉਹਨਾਂ ਨੇ ਇਸ ਹੈਡਿੰਗ ਦੇ ਅੰਡਰ ਖਬਰ ਲਾਈ ਆ ਵੀ ਕੈਨੇਡਾ ਸ਼ੇਅਰਸ ਮੋਰ ਇਨਫੋਰਮੇਸ਼ਨ ਵਿਦ ਇੰਡੀਆ ਔਨ ਸਿੱਖ ਮਰਡਰ ਕੇਸ, ਵੀ ਕੈਨੇਡਾ ਵਾਲਿਆਂ ਨੇ ਇੰਡੀਆ ਦੇ ਨਾਲ ਹੋਰ ਇਨਫੋਰਮੇਸ਼ਨ ਸ਼ੇਅਰ ਕੀਤੀ ਆ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਜਿਹੜਾ ਕਤਲ ਹੋਇਆ ਸੀ ਉਹਦੇ ਸੰਬੰਧ ਦੇ ਵਿੱਚ। ਇਹ ਪਤਾ ਚੱਲਿਆ ਆ ਵੀ ਕੈਨੇਡਾ ਦੇ ਹਾਈ ਲੈਵਲ ਦੇ ਆਫੀਸ਼ੀਅਲ ਦੋ ਵਾਰ ਇੰਡੀਆ ਗਏ ਆ ਇਸ ਸਾਲ ਦੇ ਵਿੱਚ। ਡਿਪਲੋਮੈਟਿਕ ਰਿਲੇਸ਼ਨ ਦੋਨਾਂ ਕੰਟਰੀਆਂ ਦੇ ਵਿੱਚ ਕਹਿੰਦੇ ਵੀ ਲਗਭਗ ਡੀਪ ਫਰੀਜ਼ ਤੇ ਆ, ਬਹੁਤ ਮਾੜੇ ਆ ਇਸ ਟਾਈਮ, ਤੇ ਕੁਛ ਦਿਨਾਂ ਦੇ ਵਿੱਚ ਹੀ, ਦੋ ਤਿੰਨ ਦਿਨਾਂ ਦੇ ਵਿੱਚ ਹੀ ਗਰੁੱਪ ਆਫ ਸੈਵਨ ਲੀਡਰਸ ਦੀ ਸਮਿਟ ਹੋਣੀ ਆ ਇਟਲੀ ਦੇ ਵਿੱਚ ਇਸ ਹਫ਼ਤੇ, ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੋਣੀ ਵੀ ਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਣੀ ਵੀ ਉਸ ਅਟੈਂਡੈਂਸ ਦੇ ਵਿੱਚ ਹੋਣਗੇ। ਡੇਵਿਡ ਵਿਗਨੋਲਟ ਜੋ ਹੈੱਡ ਹੈਗੇ ਆ ਕੈਨੇਡਾ ਦੀ ਇੰਟੈਲੀਜੈਂਸ ਏਜੰਸੀ ਦੇ, ਉਹਨਾਂ ਨੇ ਇੰਡੀਆ ਨੂੰ ਦੋ ਵਾਰ ਵਿਜ਼ਿਟ ਕੀਤਾ ਆ ਇਸ ਸਾਲ ਦੇ ਵਿੱਚ। ਉਹਦੇ ਵਿੱਚ ਉਹਨਾਂ ਨੇ ਟੈਲੀਫੋਨ ਨੰਬਰ ਵੀ ਸ਼ੇਅਰ ਕੀਤੇ ਆ, ਹੋਰ ਬਹੁਤ ਸਾਰੇ ਜਿਹੜੇ ਐਵੀਡੈਂਸ ਆ ਇੰਡੀਆ ਦੀ ਸਰਕਾਰ ਨਾਲ ਸ਼ੇਅਰ ਕੀਤੇ ਆ ਜੋ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਮਰਡਰ ਦੇ ਨਾਲ ਸੰਬੰਧਿਤ ਹੈਗੇ ਆ। ਤੇ ਇੱਕ ਇੰਡੀਅਨ ਆਫੀਸ਼ੀਅਲ ਨੇ ਇਹ ਦੱਸਿਆ ਆ, ਹਾਲਾਂਕਿ ਉਹ ਆਪਣਾ ਨਾਮ ਨਹੀਂ ਦੱਸਣਾ ਚਾਹੁੰਦਾ ਹੈਗਾ। ਇੰਟੈਲੀਜੈਂਸ ਚੀਫ ਤੋਂ ਬਾਅਦ ਹੋਰ ਕੈਨੇਡਾ ਦੇ ਆਫੀਸ਼ੀਅਲਸ ਵੀ ਉਹਨਾਂ ਨੇ ਡਿਸਕਸ਼ਨ ਕੀਤੀ ਆ ਦੋਨਾਂ ਸਾਈਡਾਂ ਦੇ ਨਾਲ, ਇਹ ਵੀ ਇਨਫੋਰਮੇਸ਼ਨ ਬਾਹਰ ਆ ਰਹੀ ਹੈਗੀ ਆ। ਇੰਡੀਆ ਦੇ ਮਿਨਿਸਟਰ ਆਫ ਐਕਸਟਰਨਲ ਅਫੇਅਰ ਨੇ ਕਿਹਾ ਸੀਗਾ ਵੀ ਜਿਹੜੀਆਂ ਦੋਨੋਂ ਹੀ ਸਾਈਡਸ ਆ ਉਹਨਾਂ ਦੇ ਵਿੱਚ ਗੱਲਬਾਤ ਚੱਲ ਰਹੀ ਹੈਗੀ ਆ। ਇੱਕ ਗਲੋਬਲ ਅਫੇਅਰਸ ਕੈਨੇਡਾ ਦਾ ਆਫੀਸ਼ੀਅਲਸ ਆ, ਉਹਨਾਂ ਨੇ ਵੀ ਕਨਫਰਮ ਕੀਤਾ ਆ ਵੀ ਵਿਗਨੋਲਟ ਜੋ ਆ ਦੋ ਵਾਰੀ ਇੰਡੀਆ ਜਾ ਕੇ ਆਏ ਆ, ਵੀ ਉਹਨਾਂ ਨੇ ਹਜੇ ਤੱਕ ਕੋਈ ਜਿਹੜੀ ਡਿਟੇਲ ਆ ਇਹਦੇ ਸੰਬੰਧ ਦੇ ਵਿੱਚ ਨਹੀਂ ਦਿੱਤੀ ਹੈਗੀ। ਤੇ ਭਾਈ ਹਰਦੀਪ ਸਿੰਘ ਨਿੱਜਰ ਇੰਡੀਅਨ ਬੋਰਨ ਕੈਨੇਡੀਅਨ ਸਿਟੀਜ਼ਨ ਸੀ, ਜੋ ਇੱਕ ਆਪਣੇ ਵੱਖਰੇ ਮੁਲਕ ਖਾਲਿਸਤਾਨ ਦੇ ਲਈ ਐਡਵੋਕੇਸੀ ਕਰਦੇ ਸੀ। ਭਾਰਤ ਦੀ ਸਰਕਾਰ ਨੇ ਉਹਨਾਂ ਨੂੰ ਅੱਤਵਾਦੀ ਡਿਕਲੇਅਰ ਕੀਤਾ ਹੋਇਆ ਤੇ ਉਹਨਾਂ ਨੂੰ June 18, 2023 ਦੇ ਵਿੱਚ ਸਰੀ ਦੇ ਗੁਰਦੁਆਰਾ ਸਾਹਿਬ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਕੁਛ ਮਹੀਨਿਆਂ ਦੇ ਬਾਅਦ ਟਰੂਡੋ ਹੋਣੀ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ, ਉਹਨੇ ਪਬਲਿਕਲੀ ਆਪਣੇ ਚੈਂਬਰ ਦੇ ਵਿੱਚ ਜਿਹੜਾ ਹੈਗਾ ਇਹ ਦੱਸਿਆ ਸੀ ਵੀ ਸਾਡੇ ਕੋਲ ਕ੍ਰੈਡੀਬਲ ਐਵੀਡੈਂਸ ਹੈਗੇ ਆ ਵੀ ਇੰਡੀਆ ਗਵਰਨਮੈਂਟ ਨੇ ਇਹ ਜਿਹੜੀ ਕਿਲਿੰਗ ਆ ਉਹ ਕੀਤੀ ਹੈਗੀ ਆ। ਮਈ ਮਹੀਨੇ ਦੇ ਵਿੱਚ ਕੈਨੇਡਾ ਦੀ ਪੁਲਿਸ ਨੇ ਚਾਰ ਜਿਹੜੇ ਇੰਡੀਅਨ ਨੈਸ਼ਨਲਸ ਆ ਉਹਨਾਂ ਨੂੰ ਇਸ ਕਤਲ ਦੇ ਕੇਸ ਦੇ ਵਿੱਚ ਅਰੈਸਟ ਵੀ ਕਰ ਲਿਆ ਸੀ। ਹਜੇ ਤੱਕ ਵੀ ਜੋ ਭਾਰਤ ਦੀ ਸਰਕਾਰ ਆ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਫਾਰਮਲ ਇਨਵੈਸਟੀਗੇਸ਼ਨ ਇਸ ਸੰਬੰਧ ਦੇ ਵਿੱਚ ਸ਼ੁਰੂ ਨਹੀਂ ਕੀਤੀ ਹੈਗੀ, ਨਾ ਹੀ ਉਹਨਾਂ ਦੀ ਇੰਟੈਲੀਜੈਂਸ ਏਜੰਸੀਆਂ ਨੇ ਕੋਈ ਇੱਦਾਂ ਦਾ ਜਿਹੜਾ ਕੰਮ ਕੀਤਾ ਹੈਗਾ। ਬਲਕਿ ਮੋਦੀ ਦੀ ਸਰਕਾਰ ਨੇ ਟਰੂਡੋ ਹੋਣਾਂ ਦੇ ਉੱਤੇ ਐਲੀਗੇਸ਼ਨ ਲਾਣੇ ਸ਼ੁਰੂ ਕਰ ਦਿੱਤੇ ਵੀ ਜਿਹੜੇ ਕੈਨੇਡਾ ਵਾਲੇ ਆ ਉਹ ਇਹਨਾਂ ਦੇ ਉੱਤੇ ਨੱਥ ਨਹੀਂ ਪਾਉਂਦੇ ਹੈਗੇ, ਤੇ ਆਪਣੀ ਡਿਪਲੋਮੈਟਿਕ ਜਿਹੜੀ ਪ੍ਰੈਜੈਂਸ ਆ ਇੰਡੀਆ ਦੇ ਵਿੱਚ ਉਹ ਵੀ ਬਹੁਤ ਜ਼ਿਆਦਾ ਘਟਾ ਦਿੱਤੀ। ਟੈਂਪਰੇਰੀ ਕੁਛ ਸਮੇਂ ਲਈ ਈਵਨ ਵੀਜ਼ਾ ਸਰਵਿਸ ਵੀ ਸਸਪੈਂਡ ਕਰ ਦਿੱਤੀ। ਕਾਰਨ ਉਹਨਾਂ ਦਾ ਇਹੀ ਸੀ ਵੀ ਜਿਹੜੇ ਭਾਰਤੀ ਮੂਲ ਦੇ ਲੋਕ ਆ ਉਹ ਜਸਟਿਨ ਟਰੂਡੋ ਦੇ ਉੱਤੇ ਗੁੱਸੇ ਹੋਣ ਤੇ ਇਹ ਜਿਹੜੀ ਗੱਲ ਆ ਚੁੱਪ ਚੁਪੀ ਤੇ ਠੰਡੇ ਬਸਤੇ ਦੇ ਵਿੱਚ ਪਾਈ ਜਾ ਸਕੇ। ਮਈ ਮਹੀਨੇ ਦੇ ਵਿੱਚ ਇੰਡੀਆ ਦੀ ਫੋਰਨ ਮਿਨਿਸਟਰੀ ਨੇ ਇਹ ਕਿਹਾ ਸੀ ਵੀ ਨਿਊ ਦਿੱਲੀ ਦੇ ਉੱਤੇ ਜਿਹੜੇ ਚਾਰਜਸ ਲਾਏ ਗਏ ਆ ਕੈਨੇਡਾ ਵੱਲੋਂ, ਸਾਡੇ ਲਈ ਵੱਡਾ ਇਸ਼ੂ ਇਹ ਹੈਗਾ ਵੀ ਸਿੱਖ ਸੈਪਰੇਟਿਜ਼ਮ ਉੱਥੇ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਹੈਗਾ,
ਸੋ ਉਹਦੇ ਉੱਤੇ ਜਿਹੜਾ ਆ ਉਹ ਕੈਨੇਡਾ ਦੀ ਸਰਕਾਰ ਕੰਟਰੋਲ ਨਹੀਂ ਕਰ ਰਹੀ ਹੈ। ਉੱਥੇ ਦੇ ਜਿਹੜੇ ਫੋਰਨ ਮਿਨਿਸਟਰ ਜਿਹੜੇ ਇੰਡੀਆ ਦੇ ਹੈਗੇ ਆ ਰਣਧੀਰ ਜੈਸਵਾਲ, ਉਹਨਾਂ ਨੇ ਇੰਡੀਆ ਦੀ ਐਕਸਟਰਨਲ ਅਫੇਅਰ ਮਿਨਿਸਟਰੀ ਵੱਲੋਂ ਇਹ ਜਿਹੜੀ ਸਟੇਟਮੈਂਟ ਆ ਜਾਰੀ ਕੀਤੀ ਸੀਗੀ। ਇੰਡੀਆ ਨੇ ਹਜੇ ਤੱਕ ਜਿਹੜੀਆਂ ਐਲੀਗੇਸ਼ਨ ਲਾਈਆਂ ਗਈਆਂ ਬਹੁਤ ਸਾਰੇ ਉਹਨਾਂ ਨੂੰ ਹੁਣ ਪ੍ਰੂਫ ਵੀ ਦਿੱਤੇ ਗਏ ਹੈਗੇ ਆ। ਇਸ ਤੋਂ ਬਾਅਦ ਫਿਰ US ਦੇ ਵਿੱਚ ਇੱਕ US ਸਿਟੀਜਨ ਨੂੰ ਕਤਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ, ਇੰਡੀਆ ਦੀ ਸਰਕਾਰ ਨੇ ਹਜੇ ਤੱਕ ਕੋਈ ਵੀ ਜਿਹੜੀ ਇਹਦੇ 'ਤੇ ਇਨਵੈਸਟੀਗੇਸ਼ਨ ਨਹੀਂ ਕੀਤੀ ਹੈਗੀ। ਪਰ ਜੋ ਰੀਸੈਂਟਲੀ ਵਾਪਰ ਰਿਹਾ ਆ ਇੰਡੀਆ ਦੇ ਪ੍ਰਾਈਮ ਮਿਨਿਸਟਰ, ਤੀਜੀ ਟਰਮ ਜਿੱਤ ਗਏ ਹੈਗੇ ਆ ਤੇ ਉਹ ਤੀਜੀ ਵਾਰੀ ਪ੍ਰਾਈਮ ਮਿਨਿਸਟਰ ਬਣ ਗਏ ਆ, ਤੇ ਜਿਹੜੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆ ਉਹਨਾਂ ਨੇ ਵਧਾਈਆਂ ਵੀ ਦਿੱਤੀਆਂ ਹੈਗੀਆਂ ਜੋ ਮੋਦੀ ਹੋਣਾ ਨੂੰ ਉਹਨਾਂ ਦੀ ਜਿੱਤ ਦੇ ਉੱਤੇ, ਤੇ ਐਕਸ ਦੇ ਉੱਤੇ ਉਹਨਾਂ ਨੇ ਜਿਹੜਾ ਇਹ ਲਿਖਿਆ ਉਹਦੇ ਚ ਉਹਨਾਂ ਨੇ ਇਹ ਕਿਹਾ ਵੀ ਅਸੀਂ ਰੈਡੀ ਹੈਗੇ ਆ ਇੰਡੀਆ ਦੇ ਨਾਲ ਕੰਮ ਕਰਨ ਦੇ ਲਈ, ਵਧੀਆ ਰਿਲੇਸ਼ਨ ਬਣਾਉਣ ਦੇ ਲਈ, ਪਰ ਹਿਊਮਨ ਰਾਈਟਸ, ਡਾਇਵਰਸਿਟੀ ਤੇ ਰੂਲ ਆਫ ਲਾ ਇਹ ਤਿੰਨੇ ਚੀਜ਼ਾਂ ਜਿਹੜੀਆਂ ਆ ਇਸ ਸਾਡੇ ਰਿਲੇਸ਼ਨ ਦੇ ਵਿੱਚ ਵਰਕਆਊਟ ਕਰਨੀਆਂ ਹੋਣੀਆਂ ਚਾਹੀਦੀਆਂ। ਮੋਦੀ ਹੁਣਾਂ ਨੇ 4 ਦਿਨਾਂ ਬਾਅਦ ਰਿਸਪੋਂਡ ਕੀਤਾ ਵੀ ਆਪਾਂ ਵੀ ਰੈਡੀ ਹਾਂ ਕੰਮ ਕਰਨ ਦੇ ਲਈ, ਬੇਸਡ ਔਨ ਮਿਊਚੁਅਲ ਅੰਡਰਸਟੈਂਡਿੰਗ ਐਂਡ ਰਿਸਪੈਕਟ ਫਾਰ ਈਚ ਅਦਰ ਕੰਸਰਨਸ, ਇਹ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਆ। ਹੁਣ ਇਹ ਦੇਖਦੇ ਹਾਂ ਵੀ ਜਦੋਂ G7 ਮੀਟਿੰਗ ਹੋਣੀ ਆ 2-3 ਦਿਨਾਂ ਦੇ ਵਿੱਚ ਇਟਲੀ ਚ, ਉੱਥੇ ਕਿੰਨੀਆਂ ਕੁ ਜਿਹੜੀਆਂ ਆ ਜੱਫੀਆਂ ਪੈਂਦੀਆਂ ਆ ਜਾਂ ਇੱਕ ਦੂਜੇ ਲੱਖਾਂ ਕੱਢ ਕੇ ਦੇਖਦੇ ਹੈਗੇ ਆ। ਯਾ ਸੋ ਇਹ ਬਿਲਕੁਲ ਇਹ ਸਾਰਾ ਕੁਛ ਜਿਹੜਾ ਇਹ ਵਾਪਰਿਆ ਹੈਗਾ ਆ ਇਹ ਚੱਲ ਰਿਹਾ ਆ। ਸੋ ਚੁੱਪ ਚੁਪੀਤੇ ਕਹਿੰਦੇ ਵੀ 2 ਵਾਰ ਆਲਰੇਡੀ ਭਾਰਤ ਦੇ ਵਿੱਚ ਜਿਹੜੇ ਕੈਨੇਡਾ ਦਾ ਇੰਟੈਲੀਜੈਂਸ ਚੀਫ ਆ ਉਹ ਜਾ ਚੁੱਕੇ ਆ, ਜਿੱਦਾਂ ਤੁਸੀਂ ਦੱਸਿਆ ਵੀ ਹੋਰ ਬਹੁਤ ਸਾਰੇ ਜਿਹੜੇ ਸਬੂਤ ਆ ਐਵੀਡੈਂਸ ਆ ਉਹ ਉਹਨਾਂ ਨੂੰ ਦੇ ਕੇ ਆਏ ਆ। ਇੰਡੀਆ ਵਾਲਿਆਂ ਨੇ ਪਹਿਲਾਂ ਵੀ ਤੇ ਉਹੀ ਸਾਰੀਆਂ ਚੀਜ਼ਾਂ ਜਿਹੜਾ ਉਹ ਦੱਸ ਰਹੇ ਸੀਗੇ ਵੀ ਭਾਈ ਇਹ ਤਾਂ ਅਪਸਰਡ ਆ, ਇਹ ਐਵੇਂ ਮਾਰੀ ਜਾਂਦੇ ਆ। ਪਰ ਹੁਣ ਨਿਖਿਲ ਗੁਪਤਾ ਦੇ ਮਾਮਲੇ 'ਚ, ਵਿਕਰਮ ਯਾਦਵ ਦੇ ਮਾਮਲੇ 'ਚ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵਾਸ਼ਿੰਗਟਨ ਪੋਸਟ ਦੀ ਉਹ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਆ ਉਹ ਸਾਰੀਆਂ ਚੀਜ਼ਾਂ ਇਹ ਕਲੀਅਰ ਕਰਦੀਆਂ ਆ ਵੀ ਇਹ ਕਿਸ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਵਧੀ ਹੈਗੀ ਆ। ਸੋ ਹੋਪਫੁਲੀ ਜਿਹੜੀ ਆ ਉਹ ਟੋਨ ਜਿੱਦਾਂ ਹੁਣ ਤੁਸੀਂ ਦੱਸਿਆ ਨਾ ਕੰਸਰਨ ਈਚ ਅਦਰ ਕੰਸਰਨ ਦੇ ਨੂੰ ਰਿਸਪੈਕਟ ਕਰਦੇ ਹਾਂ, ਮੋਦੀ ਦੀ ਟੋਨ ਥੋੜ੍ਹੀ ਜਿਹੀ ਬਦਲੀ ਆ। ਇਹਨਾਂ ਦਾ ਆਪਣਾ ਜਿਹੜਾ ਜੈਸ਼ੰਕਰ ਆ ਵਿਸ਼ਵ ਗੁਰੂ ਤੋਂ ਇਹਨੂੰ ਵਿਸ਼ਵ ਬੰਧੂ ਜਿਹੜਾ ਉਹ ਬਣਾ ਲਿਆ ਆ। ਸੋ ਸੋ ਦੇਖੋ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਉੱਦਾਂ ਵਧਾਈ ਤਾਂ ਇਹਨਾਂ ਨੂੰ ਜਿੱਦਾਂ ਦਿੱਤੀ ਸੀ, ਉਹਦੇ ਰਿਸਪੋਂਡ ਦੇ ਵਿੱਚ ਇੱਕ ਦੂਜੇ ਦੀਆਂ ਚਿੰਤਾਵਾਂ ਦੀ ਰਿਕੁਐਸਟ ਕਰ ਰਿਸਪੈਕਟ ਕਰਨ ਦੀ ਜਿਹੜੀ ਇਹਨਾਂ ਨੇ ਜਿਹੜੀ ਗੱਲ ਆਖੀ ਆ ਮੋਦੀ ਹੁਣਾਂ ਨੇ। ਪਰ ਮੋਦੀ ਹੁਣੀ ਜਿਹੜੇ ਕਸੂਤੇ ਜਿਹੜੇ ਇਸ ਪੂਰੇ ਮਾਮਲੇ ਦੇ ਵਿੱਚ ਫਸੇ ਹੋਏ ਜਿਹੜੇ ਉਹ ਨਜ਼ਰ ਆਉਂਦੇ ਆ, ਭਾਈ ਨਿੱਜਰ ਹੁਣਾਂ ਦੇ ਕਤਲ ਮਾਮਲੇ ਵਿੱਚ ਤੇ ਪੰਨੂ ਹੁਣਾਂ ਨੂੰ ਕਤਲ ਕਰਨ ਦੀ ਸਾਜਿਸ਼ ਦੇ ਜਿਹੜੇ ਉਹ ਮਾਮਲੇ ਦੇ ਵਿੱਚ।